ਸੋ ਤੁਸੀਂ ਵੇਖਦੇ ਪਏ ਹੋ ਪੰਜਾਬ ਬਾਇਓਗੈਸ ਪ੍ਰੋਗਰਾਮ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਅੱਜ ਵੀ ਤੁਹਾਡੇ ਵਾਸਤੇ ਤੁਹਾਡਾ ਵੀਰ ਨਦੀਮ ਖਰਲ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਇਆ ਇੱਕ ਪੰਜਾਬ ਬਾਇਓਗੈਸ ਦੀ ਕੰਸਟਰਕਸ਼ਨ ਦੀ ਹੋਈ ਹੋਈ ਹੈ 6 ਸਾਲ ਪੁਰਾਣਾ ਇਹ ਪਲਾਂਟ ਹੈ ਇਹ ਸਾਡੇ ਇੰਜੀਨੀਅਰ ਸਾਹਿਬ ਬਾਈ ਤਈਏ ਹੋਰਾਂ ਨੇ ਜਨਾਬ ਇਹਨੂੰ ਬਣਾਇਆ ਸੀ ਔਰ ਅਸੀਂ ਉਹ ਜਿਹੜਾ ਸਾਡਾ ਜਿਹਦਾ ਪਲਾਂਟ ਲੱਗਿਆ ਹੋਇਆ ਉਹ ਬੰਦਾ ਵੀ ਫੌਜੀ ਹੈ ਔਰ ਉਸ ਬੰਦੇ ਨੇ 6 ਸਾਲ ਪਹਿਲੇ ਇਹ ਪਲਾਂਟ ਲਗਵਾਇਆ ਸੀ ਅਸੀਂ ਜਨਾਬ ਉਹਦੇ ਨਾਲ ਗੱਲਾਂ ਕਰਾਂਗੇ ਔਰ ਉਹਨਾਂ ਦਾ ਐਕਸਪੀਰੀਅੰਸ ਚੈੱਕ ਕਰਾਂਗੇ ਕਿ ਜਨਾਬ ਉਹਨਾਂ ਨੇ ਇਸ ਪਲਾਂਟ ਨੂੰ ਲਗਵਾ ਕੇ ਇੱਕ ਐਕਸਪੀਰੀਅੰਸ ਉਹਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਕਿੰਨਾ ਫਾਇਦਾ ਹੋਇਆ ਔਰ ਇਹ ਜਨਾਬ ਬੰਦਾ ਜਿਹੜਾ ਹੈ ਇਹ ਉਦੋਂ 6 ਸਾਲ ਪਹਿਲੇ ਇਹਨਾਂ ਨੇ ਕਿਸ ਲਵਾਇਆ ਸੀ ਔਰ ਕਿੰਨੇ ਮੁਤਮਿਨ ਨੇ ਅਸਲ ਮਕਸਦ ਇਹਨਾਂ ਵੀਡੀਓਜ਼ ਦਾ ਇਹ ਹੁੰਦਾ ਕਿ ਸ਼ਾਇਦ ਤੁਹਾਨੂੰ ਬੋਰੀਅਤ ਫੀਲ ਹੋਵੇ ਇਸ ਇਹਨਾਂ ਵੀਡੀਓਜ਼ ਦੀ ਵੀ ਯਾਰ ਅਸੀਂ ਇਹ ਬੋਰੀਅਤ ਹੈ ਕਿ ਯਾਰ ਇੱਕੋ ਹੀ ਵੀਡੀਓ ਨਦੀਮ ਵਾਰ ਵਾਰ ਅਪਲੋਡ ਕਰਦਾ ਅਸੀਂ ਤੁਹਾਨੂੰ ਇਹ ਚਾਹੁੰਦੇ ਕਿ ਜਿਹੜੇ ਬੰਦੇ ਯੂਜ਼ ਕਰਦੇ ਨੇ ਬਾਇਓਗੈਸ ਨੂੰ ਉਹਨਾਂ ਦੇ ਬਾਰੇ ਪੂਰੀ ਡਿਸਕਸ਼ਨ ਮਿਲੇ ਪੂਰੀ ਜਾਣਕਾਰੀ ਮਿਲੇ ਔਰ ਤੁਸੀਂ 100% ਨਹੀਂ 110% ਮੁਤਮਿਨ ਹੋ ਜਾਓ ਕਿ ਜਦ ਇਹ ਜਿਹੜੇ ਕੰਸਟਰਕਸ਼ਨ ਦੇ ਪਲਾਂਟ ਨੇ ਜਿਹੜੇ ਬਾਇਓਗੈਸ ਦੇ ਪਲਾਂਟ ਨੇ ਕੰਸਟਰਕਸ਼ਨ ਏਰੀਆ ਦੇ ਵਿੱਚ ਨੇ ਕੰਸਟਰਕਸ਼ਨ ਚੱਲਦੀ ਪਈ ਹੈ ਜਿਹੜੇ ਲੰਘ ਚੁੱਕੇ ਨੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਮਤਲਬ ਸਾਡੇ ਇੰਜੀਨੀਅਰ ਨੇ ਬਣਾਏ ਨੇ ਸਾਡੇ ਭਾਈ ਨੇ ਬਣਾਏ ਨੇ ਇਹ ਅਲਹਮਦੁਲਿਲਾ 100% ਬਿਹਤਰੀਨ ਤਰੀਕੇ ਨਾਲ ਚੱਲ ਰਹੇ ਨੇ ਜੇ ਕੋਈ ਠੱਗੀ ਫਰੋਡ ਨਹੀਂ ਹੈ ਔਰ ਲੋਕ ਅੱਗੇ ਬੜੇ ਸਾਨੂੰ ਕਾਲਸ ਬੜੀਆਂ ਆਉਂਦੀਆਂ ਨੇ ਮੈਨੂੰ ਵੀ ਆਉਂਦੀਆਂ ਨੇ ਬਾਈ ਤਈਬ ਨੂੰ ਵੀ ਆਉਂਦੇ ਕਿ ਸਾਡੇ ਨਾਲ ਫਲਾਣੇ ਬੰਦੇ ਨੇ ਕਿ ਯਾਰ ਪਲਾਂਟ ਬਣਾਇਆ ਤਾਂ ਖਰਾਬ ਹੋ ਗਿਆ ਅੱਜ ਠੀਕ ਨਹੀਂ ਚੱਲ ਰਿਹਾ ਬੜਾ ਖਰਚਾ ਹੋਇਆ ਬੜਾ ਸਾਨੂੰ ਖਸਾਰਾ ਹੋਇਆ ਅਸੀਂ ਤੁਹਾਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ 6-6, 7-7, 8-8 ਸਾਲ ਪੁਰਾਣੇ ਇਹ ਜਨਾਬ ਚੱਲਦੇ ਪਏ ਨੇ ਅੱਲਾਹ ਦੀ ਰਹਿਮਤ ਹੈ ਅੱਜ ਤੱਕ ਕੋਈ ਮਸਲਾ ਨਹੀਂ ਅਤੇ ਜਨਾਬ ਸਾਰਾ ਨਿਜ਼ਾਮ ਉਹੀ ਹੈ ਇਹ ਤੁਹਾਨੂੰ ਇਨਪੁੱਟ ਵਿਖਾਉਂਦੇ ਹਾਂ ਇਹਦਾ ਫਿਰ ਆਊਟਪੁੱਟ ਵੀ ਵਿਖਾਵਾਂਗੇ ਇਹ ਬਿਲਕੁਲ ਹੌਦੀ ਇਹ ਨਵਾਂ ਸਾਡਾ ਇੱਕ ਫਾਰਮਰ ਹੈ ਇੱਕ ਨਵਾਂ ਕਿਸਾਨ ਹੈ ਇੱਕ ਨਵਾਂ ਬੰਦਾ ਹੈ ਜਿਹਦਾ ਅਸੀਂ ਇਹ ਪਲਾਂਟ ਤਿਆਰ ਕੀਤਾ ਗੋਬਰ ਗੈਸ ਦਾ ਔਰ ਤੁਹਾਡੇ ਸਾਹਮਣੇ ਹੈ ਇਹ ਸਾਰਾ ਕੁਛ ਇਹਦੀ ਕੋਈ ਨਵੀਂ ਚੀਜ਼ ਨਹੀਂ ਹੈਗੀ ਇਸ ਨਾਲ ਇੱਥੇ ਇਹਦਾ ਡਾਈਜੈਸਟਰ ਹੈ ਇਸ ਜਗ੍ਹਾ 'ਤੇ ਇਹ ਲੱਗਿਆ ਹੋਇਆ ਮੇਰੇ ਪੈਰਾਂ ਦੇ ਥੱਲੇ ਜਨਾਬ ਇਹ ਡਾਈਜੈਸਟਰ ਦਾ ਸਿਸਟਮ ਹੈ ਜਿਹਦੇ ਉੱਤੇ ਇਹ ਗੇਜ ਲੱਗੀ ਹੋਈ ਹੈ ਇਹ ਉੱਤੇ ਮਾਲ ਬੰਨੇ ਆ ਜਨਾਬ ਇਹਨਾਂ ਨੇ ਮੱਝਾਂ ਬੰਨੀਆਂ ਨੇ ਇਹ ਸਾਰੀਆਂ ਮੱਝਾਂ ਖੜੀਆਂ ਨੇ ਇਹਦੇ ਉੱਤੇ ਇਸ ਡਾਈਜੈਸਟਰ ਦੇ ਤੁਸੀਂ ਫਰਸ਼ ਵਗੈਰਾ ਲਗਾ ਕੇ ਇਹਨੂੰ ਘਰ ਦਾ ਇੱਕ ਬਿਹਤਰੀਨ ਮਾਹੌਲ ਦੇ ਸਕਦੇ ਹੋ ਜਿੱਥੇ ਮੈਂ ਖੜਾ ਹਾਂ ਇਹ ਡਾਈਜੈਸਟਰ ਹੈ ਇਹ ਸਾਰਾ ਇਹ ਇਹਦਾ ਇਨਪੁੱਟ ਹੈਗਾ ਜਨਾਬ ਠੀਕ ਹੈ ਇਹ ਇਹਦਾ ਆਊਟਪੁੱਟ ਹੈ ਜੀ ਇੱਥੇ ਇਹਦਾ ਬਾਹਰ ਨਿਕਲਦਾ ਇੱਥੋਂ ਜਨਾਬ ਇਹਨਾਂ ਨੇ ਪਾਈਪ ਪਾ ਕੇ ਸਿੱਧਾ ਖਾਲਾ 'ਚ ਪਾ ਦਿੱਤਾ ਕਿ ਜਿੰਨੀ ਇਹਦੀ ਸੈਲਰੀ ਹੈ ਬਾਇਓਗੈਸ ਦੀ ਉਹ ਜਨਾਬ ਵਿੱਚ ਜਾਂਦੀ ਹੈ ਤਾਂ ਫਸਲਾਂ ਨੂੰ ਪੈਂਦੀ ਅਤੇ ਭੱਜੀ ਅਤੇ ਜਿਹਦੇ ਮਰਜ਼ੀ ਜਾਵੇ ਉਹਦਾ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਇਹ ਇਹਦਾ ਆਊਟਪੁੱਟ ਹੈ ਉਹ ਉਹਦਾ ਇਨਪੁੱਟ ਹੈ ਇੱਥੇ ਇਹਦਾ ਡਾਈਜੈਸਟਰ ਹੈ ਇਹ ਜਿਹੜਾ ਥੱਲੇ ਨੂੰ ਗੁੰਬਦ ਨਵਾਂ ਚੀਜ਼ ਹੈ ਉਹ ਇੱਥੇ ਹੈਗੀ ਹੈ ਇੱਥੇ ਅੰਦਰੋਂ ਇਹਦੀ ਜਨਾਬ ਲਿਜਾ ਕੇ ਅਸੀਂ ਇਹਦੀ ਵਾਇਰ ਅਤੇ ਇਹਨਾਂ ਨੇ ਘਰ ਕਿਚਨ ਚਲਾਉਂਦੇ ਨੇ ਅਤੇ ਅਸੀਂ ਜਨਾਬ ਸੱਦਨੇ ਹਾਂ ਜਨਾਬ ਭਾਈ ਹੋਰਾਂ ਨੂੰ ਜਿਹੜੇ ਇਸ ਪਲਾਂਟ ਨੂੰ ਬੜੇ ਦਿਨਾਂ ਤੋਂ ਚਲਾ ਰਹੇ ਨੇ ਇਸਤੇਮਾਲ ਕਰ ਰਹੇ ਨੇ ਫਾਇਦੇ ਲੈ ਰਹੇ ਨੇ ਅਤੇ ਅਸਲਾਮ ਵਾਲੇਕੁਮ ਸਰ ਥੋੜ੍ਹਾ ਉੱਚਾ ਬੋਲਣਾ ਪੈਣਾ ਫੌਜ ਸਾਹਿਬ ਥੋੜ੍ਹਾ ਜਿਹਾ ਕਿਉਂਕਿ ਥੋੜ੍ਹਾ ਜਿਹਾ ਅਸੀਂ ਬੋਲੇ ਹਾਂ ਅਤੇ ਤਾਂ ਕਰਕੇ ਥੋੜ੍ਹਾ ਮਸਲਾ ਵਾਲੇਕੁਮ ਸਲਾਮ ਬਾਈ ਜੀ ਕੀ ਨਾਮ ਹੈ ਮੁਹੰਮਦ ਅਹਿਮਦ ਕਿਹੜੇ ਸ਼ੋਬੇ ਨਾਲ ਰਿਲੇਟਡ ਹੋ ਪਾਕਿਸਤਾਨ ਆਰਮੀ ਪਾਕਿਸਤਾਨ ਆਰਮੀ ਤੋਂ ਸਾਨੂੰ ਜਨਾਬ ਅਸੀਂ ਤੁਹਾਨੂੰ ਸਲੂਟ ਕਰਨਾ ਹੈ ਪਹਿਲੇ ਤੋਂ ਪਾਕ ਆਰਮੀ ਨੂੰ ਜਨਾਬ ਅਸੀਂ ਸਲੂਟ ਕਰਦੇ ਹਾਂ ਪਾਕ ਆਰਮੀ ਜਦੋਂ ਇਹ ਨਾਮ ਆਉਂਦਾ ਸਾਡੇ ਰੌਂਗਟੇ ਤੱਕ ਖੜੇ ਹੋ ਜਾਂਦੇ ਨੇ ਪਾਕ ਆਰਮੀ ਨੂੰ ਅਸੀਂ ਦਿਲ ਦੀਆਂ ਥਾਹ ਕਰਾਈਆਂ ਤੋਂ ਇੱਕ ਛੋਟੇ ਲੈਵਲ ਤੋਂ ਲੈ ਕੇ ਹਾਇਰ ਲੈਵਲ ਤੱਕ ਸਾਰਿਆਂ ਨੂੰ ਸਲਾਮ ਹੈ ਜਨਾਬ ਅਤੇ ਉਹਨਾਂ ਤੋਂ ਬਗੈਰ ਅਸੀਂ ਕੁਛ ਨਹੀਂ ਅਤੇ ਪਾਕ ਆਰਮੀ ਜ਼ਿੰਦਾਬਾਦ ਇਹਨਾਂ ਦੇ ਮੂੰਹ 'ਤੇ ਵੀ ਅਤੇ ਬਾਅਦ 'ਚ ਵੀ ਅਸੀਂ ਆਉਂਦੇ ਹੁੰਦੇ ਹਮੇਸ਼ਾ ਅਹਿਮਦ ਭਾਈ ਪਾਕ ਆਰਮੀ ਜੁਆਇਨ ਕੀਤਾ ਕਿੰਨੇ ਸਾਲ ਹੋ ਗਿਆ 15 ਸਾਲ ਪਾਕ ਆਰਮੀ ਜੁਆਇਨ ਕੀਤੀ ਹੋ ਡਿਊਟੀ 'ਚ ਹੋ ਔਨ ਡਿਊਟੀ ਹੋ ਔਨ ਡਿਊਟੀ ਹੋ ਮਾਸ਼ਾਅੱਲਾ ਕਿਸ ਜਗ੍ਹਾ 'ਤੇ ਕਰਦੇ ਪਿਓ ਲਾਹੌਰ ਇਸ ਟਾਈਮ ਭਾਈਜਾਨ ਲਾਹੌਰ ਡਿਊਟੀ ਕਰ ਰਹੇ ਨੇ ਅੱਛਾ ਇਹ ਸਾਰੀ ਗੱਲਾਂ ਹੋ ਗਈਆਂ ਜਿਹੜੀ ਇਸ ਪਲਾਂਟ ਦੇ ਬਾਰੇ ਤੁਹਾਡੀ ਅਸੀਂ ਜਾਣਕਾਰੀ ਲੈਣੀ ਆ ਉਹ ਇਹ ਹੀ ਆ ਥੋੜ੍ਹੇ ਮੇਰੇ ਕੋਲ ਆ ਜਾਓ ਕਿ ਤੁਸੀਂ ਬੜੇ ਸੈਂਸਿਟਿਵ ਹੁੰਦੇ ਜੇ ਫੌਜੀ ਸਾਨੂੰ ਪਤਾ ਇਸ ਗੱਲ ਦਾ ਇਹ ਜਿਹੜਾ ਪਲਾਂਟ ਹੈ ਇਹ ਕਦੋਂ ਲਵਾਇਆ ਜੀ ਤਕਰੀਬਨ 6 ਸਾਲ ਹੋ ਗਏ ਇਸ ਪਲਾਂਟ ਲਗਵਾਇਆ ਨੂੰ ਅਤੇ ਇਹ ਕਿੰਨਾ ਨੇ ਲਾਇਆ ਸੀ ਤਈਏ ਭਾਈ ਨੇ ਲਾਇਆ ਸੀ ਇਹ ਪਲਾਂਟ ਅਤੇ ਇਹ ਜਨਾਬ ਉਦੋਂ ਕਿੰਨਾ ਖਰਚਾ ਆਇਆ ਸੀ ਇਸ ਪਲਾਂਟ 'ਤੇ 1,20,000 ਰੁਪਏ ਦਾ ਖਰਚਾ ਆ ਗਿਆ ਸੀ ਟੋਟਲ ਇਸ ਪਲਾਂਟ 'ਤੇ ਕਿੰਨੇ ਮਤਲਬ ਹੈ ਛੋਟਾ ਹੈ ਵੱਡਾ ਹੈ ਕਿੰਨੇ ਲੈਵਲ 15 ਕਿਊਬਕ ਹੈ 15 ਕਿਊਬਕ ਦਾ ਇਹ ਪਲਾਂਟ 1,20,000 ਰੁਪਏ ਖਰਚਾ ਉਦੋਂ ਆਇਆ ਸੀ ਹੁਣ ਜ਼ਿਆਦਾ ਹੋ ਸਕਦਾ ਕੋਈ 20-30 ਹਜ਼ਾਰ ਰੁਪਏ ਖਰਚ ਜ਼ਿਆਦਾ 1.5 ਲੱਖ ਹੋ ਸਕਦਾ ਗਲੀ ਦੇ ਵਿੱਚ ਗਲੀ ਦੇ ਵਿੱਚ ਸਾਰੀ ਗਲੀ ਕੈਮਰਾ ਮੈਨ ਦਿਖਾ ਰਹੇ ਹੋ ਨਾ ਸਾਰੀ ਗਲੀ ਹੈ ਪੂਰੀ ਜੀ ਔਰ ਇੱਥੇ ਆਪਣਾ ਪਹਿਲੇ ਥੜਾ ਬਣਾਇਆ ਹੋਇਆ ਸੀ ਮਾਲ ਦਾ ਥੜਾ ਸੀ ਥੜਾ ਹੁਣ ਸੀ ਉਹ ਯਾਨੀ ਕਿ ਮਾਲ ਬਣੀ ਦਾ ਥੱਲੇ ਪਲਾਂਟ ਲਾਇਆ ਉਸ ਤੇ ਉਹਦੇ ਮਾਲ ਬਣੀ ਜਗ੍ਹਾ ਇਸਤੇਮਾਲ ਉੱਤੇ ਮਾਲ ਬੰਨਦੇ ਹੋ ਤੇ ਸਾਰਾ ਪਲਾਂਟ ਦੇ ਇਸਤੇਮਾਲ ਜਦੋਂ ਅਸੀਂ ਲਾਇਆ ਉੱਤੇ ਇਹਨੇ ਮਾਲ ਬਣੀ ਦਾ ਥੜਾ ਬਣਾਇਆ ਉੱਤੇ ਹਾਂ ਉੱਤੇ ਮਾਲ ਬਣਾਇਆ ਕੈਮਰੇ ਦੇ ਵਿੱਚ ਆਓ ਨਾ ਥੋੜਾ ਜਿਹਾ ਸਾਈਡ ਤੇ ਨਾ ਇਹ ਸਾਹਮਣੇ ਵਿੱਚ ਕੈਮਰੇ ਦੇ ਆ ਕੇ ਬੋਲੋ ਜੋ ਵੀ ਬੋਲੋ ਅੱਛਾ ਸਾਰਾ ਕੁਝ ਮਾਲ ਮੂਲ ਬਣੀ ਦਾ ਅੱਛਾ ਕੋਈ ਪਰੇਸ਼ਾਨੀ ਨਹੀਂ ਹੈ ਕੋਈ ਡਿੱਗਣ ਡਮਨ ਦਾ ਕੋਈ ਡਰ ਨਹੀਂ ਜੋ ਵੀ ਜਾਨਵਰ ਫੌਜੀ ਕਾ ਚੁੱਕ ਕੇ ਉੱਤੇ ਨਾਲ ਨਾਲ ਸਾਰੇ ਨਾਲ ਸਫਾਇਆ ਵੀ ਹੁੰਦਾ ਰਹਿੰਦਾ ਹੈ ਨਾਲੇ ਜਿਹੜਾ ਗੋਬਰ ਕਰਦਾ ਜਾਂ ਚੱਕ ਕੇ ਵੇਚ ਛੁੱਟਿਆ ਨਾ ਫਾਇਦਾ ਹੁੰਦਾ ਵੇਚ ਹੁੰਦੀ ਰਹਿੰਦੀ ਅੱਛਾ ਇਹ ਇੱਕ ਫਟਣ ਫਟਣ ਦਾ ਕੋਈ ਡਰ ਕੋਈ ਹੈ ਟੁੱਟਣ ਭੱਜਣ ਦਾ ਡਰ ਨਹੀਂ ਕੋਈ ਡਰ ਨਹੀਂ ਅੱਜ ਤੱਕ ਡਰੇ ਵੀ ਨਹੀਂ ਹੋਣਾ ਫੌਜੀ ਵੈਸੇ ਵੀ ਨਹੀਂ ਡਰਦੇ ਧਮਾਕਿਆਂ ਗੋਲੀਆਂ ਤੋਂ ਤੇ ਅੱਲਾ ਦੀ ਰਹਿਮਤ ਹੁਣ ਤਾਂ ਘਰ 'ਚ ਚੱਕਰ
تے کنے پرسنٹ مطمئن ہوئے گوبر پلانٹ ادھر ویکھو نا پلانٹ لوایا تسیں تے اے جناب کنے پرسنٹ مطمئن جے تے کنی بچت ہوئی ہونی تانوں 6 سالاں وچ بچت ہی بچت ہے جی تقریباً 5-6 ہزار دی گیس لگ جاندی سی تقریباً میکسیمم جب اسی لایا نا اس وقت گیس ہے جی 5-6 ہزار روپیہ اسی تقریباً مہینے دی جلا دے LPG جی جناب پنڈ چ رہ کے انہاں بندا نال ہویا تھاپی بھی کرنی لیکن پھر بھی انی بل جاندی نہیں تھوڑا لیکن گیس 5.5 ہزار نو پہنچ جاندی سانو کچن دے وچ اپنا سلنڈر چلا کے یا چولہا چلا چلا کے بھا سکدے بھا سکنے جی سارا کراؤ ہو پھر سانو دسو آ جائیے چلو جی چلو یہ جناب تمہیں اسی بخانے یہ پلان سسٹم سارا یہ وائرنگ کتوں نکلی ہوئی تھلے انڈر گراؤنڈ ہے جی انڈر گراؤنڈ ہے تو نال نال آ رہی ہے یہ ساری انڈر گراؤنڈ نال نال وائرنگ ہے جی ترا آ رہی ہے تے ایویں کچن دے وچ اسی تمہیں بخانے سسٹم سارا یہ انڈر گراؤنڈ وائرنگ ہے دو جانی ایک تے بار بار چل رہی ہے ایک ایتھے ہے سارا ایتھے ایک اے وائرنگ ہے دو کر دیندے ہو اے اے پوائنٹ لگ گیا پانی گرم کرنا ہیٹر دا لا لیندے اسی ادھر یہ چل جندا ہے انو صاف کر کے لاندے ہو سارے تو پائپ یعنی کو اندر رکھا لیندا ہاں مطلب انو صاف کر کے استعمال کر سکدے ہو بہترین کام ہے یہ جناب ہمیشہ بخانے پنجاب بایو گیس کا یہ جی گیس آ یہ بہترین اور صاف ستھری کوئی ڈر نہیں کوئی دھماکے کا ڈر نہیں کوئی کچھ نہیں لائٹ چلاؤ ہاں جناب جی اتنے لائٹ نہیں ہے شاید بتی گئی ہوئی ہے موبائل کی لائٹ بال لینا اِسی اور سارا کچھ میرا کیمرہ مین تم دکھا رہا ہے تسلی دے نال اے سارا کچھ آ رہا ہے پائپ کی وائرنگ ہے اے کچن ہے جی لائٹ پہ چل تے اسی بھی پہ ہاں چل تے جناب اے سارا کچھ تم دکھایا ہے اے چولہا پہ ہے جی بہترین چولہا ہے میں چلا کے بھی نا شاید میرے کو چل پاوے تھا تو چلتا تو ہے گا کوشش کی تو کرتے ہیں شاید کہ اسی یہ اوکے اوکے ہاں جی گیس چلا لی اسی تسی آؤ اے جناب کچن دا بہترین نظام انہاں دا اے گیس چلدی پئی ہے بمبے کڈی کھڑی آ اے جناب روٹیاں بالن سارا کچھ روٹیاں پکدیاں نے بغیر بالن تو گیس تے اے چولہا چلی جاندا اللہ قسم دا بڑے مطمئن تو سی ہیں بالکل جی بڑے مطمئن ہیں جی تے کنے کو دعاواں تہاڈی بیگماں تے باجیاں تے بہناں تے ماں دیندی ہیں بھائی دعاواں کیمرے جی ویکھ کے دسو نا دعاواں ہی دعاواں نے تے ہن ہور بندا کی کہہ سکدا گیس ہے ہر چیز دا بہترین ہے صرف اگے ہوندا سی اس کو بو بو نہیں ہوندی نہیں کوئی بو بو نہیں آندی بلکہ دی آگ وی نیلی ہے اور جو برتن بھی بہت کم کالے کردا ہے برتن کم کردا ہے جی ایل پی جی ہے وہ تو بہت برتن کالے کر دیندی ہے اور ایک کالا بھی نہیں کردا برتن ایک کالے بھی نہیں کردا صاف ستھری ہے صاف ستھری ہے امید ہے کہ اج والی جڑی ویڈیو ہے تانوں اس ساڈے انٹرویو دی جس بھائی ساڈے مطمئن نے اسی تانوں دکھائی گیج لگیا ہے اور میں دکھایا سارا گیج میں سارا کھاتا ہے اور اوپر دس دن کا بھی اوور ہے یا کتنی خوراک پانی ہے کس طرح میرے اس حساب نہ سی ہو گئے یہ سامنا خوراک پانی تو سی نے خوراک پانی زیادہ اوور کر رہا ہے کام کر رہا ہے اچھا تسی مطمئن ہو مطمئن دوستاں کی مشورہ دے اس لوگوں کے دسو دوستاں کی مشورہ دے جنہاں جنہاں کول جانور ہیں نے جنہاں جنہاں کول فیسلٹی موجود ہے جو ایک افورڈ کر سکتے ہیں انہاں چیزوں لگانی چاہیے بہت اچھی چیز ہے تھوڑا بھی مشورہ ہے پاک آرمی جنہیں بندے انہوں نے مشورہ دیندے ہوئے تقریباً لگا رہے ہیں تو بہت بہتر چیز ہے اور کوئی یہاں نقصان نہیں ہے کوئی کچھ نہیں تھوڑے سامنے آتی جان لے سلنڈر دے پھٹن دا بھی خطرہ کوئی نہیں گرے گیس کوئی پھٹن دا خطرہ نہیں البتہ یہ ہے خوراک تو اس دے سامنا بندہ استعمال کر رہا ہے جنہی بندے دے استعمال اس کو سامنا بندہ ہے جو بارے ہیں وہ سامنا سر کچھ کر لیں گے صحیح ہو کوئی نہیں چیز بہتر اچھی چیز ہے یہ بہتر چیز اور جی تھینک یو جناب احمد فوجی احمد صاحب بے چکے سنوں ٹائم دیتا اور سانوں سارا یہ معاملہ کیتا چاہ اسی پہلے پی چکے ہیں نا تو امید ہے اج والی ویڈیو اچھی لگے گی انشاءاللہ لیٹسٹ ویڈیو کو تانوں اسے بندے دی بڑی ہوئی ہیں جڑے پلانٹ نے دکھاندے رہاں گے اپنا بہت سارا خیال رکھیا جی اللہ نے کے بعد